ਸ਼ਿਕਾਰ ਮੈਂ ਕੀਮਤ ਤੇ ਤੁਸੀਂ ਵੇਖ ਰਹੇ ਹੋ ਜੇਬਰ ਟੀਵੀ। ਪੰਜਾਬ ਦੇ ਵਿੱਚ ਦੇਰ ਰਾਤ ਭਾਰੀ ਮੀਂਹ ਵੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀ ਝੱਖੜ ਨੇ ਜਿਹੜੇ ਉਹ ਵੀ ਵੇਖਣ ਨੂੰ ਮਿਲੇ। ਤਾਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਜਿਹੜਾ ਦੇਰ ਰਾਤ ਤੋਂ ਮੀਂਹ ਪੈ ਰਿਹਾ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ ਜਿਹੜਾ ਥੋੜਾ ਜਿਹਾ ਮੀਂਹ ਰੁਕ ਗਿਆ, ਇਸ ਤੋਂ ਬਾਅਦ ਦੇ ਵਿੱਚ ਮੀਂਹ ਹੈ ਜਿਹੜਾ ਮੁੜ ਤੋਂ ਪੈਣਾ ਸ਼ੁਰੂ ਹੋ ਗਿਆ। ਪਰ ਇਸ ਵਾਰ ਮੀਂਹ ਦੇ ਨਾਲ ਜਿਹੜਾ ਹਨੇਰੀ ਹੈ ਜਿਹੜੀ ਉਸਨੇ ਵੀ ਕਹਿਰ ਮਚਾ ਦਿੱਤਾ। ਹਾਲਾਂਕਿ ਇੱਕ ਪਾਸੇ ਕਿਸਾਨਾਂ ਦੇ ਜਿਹੜੇ ਸਾਹ ਨੇ ਉਹ ਸੁੱਕੇ ਹੋਏ ਨੇ, ਕਿਉਂਕਿ ਕਣਕ ਦੀ ਫਸਲ ਹੈ ਜਿਹੜੀ ਉਹ ਪੱਕਣ ਤੇ ਆਈ ਹੋਈ ਸੀ। ਤਾਂ ਇਸ ਤੋਂ ਪਹਿਲਾਂ ਜਦੋਂ ਗੜੇਮਾਰੀ ਹੋਈ ਸੀ ਤਾਂ ਉਦੋਂ ਵੀ ਕਿਸਾਨ ਨੇ ਜਿਹੜੇ ਬੁਰੀ ਤਰ੍ਹਾਂ ਝੰਬੇ ਗਏ ਸਨ। ਤੇ ਹੁਣ ਮੀਂਹ ਅਤੇ ਹਨੇਰੀ ਨੇ ਜਿੱਥੇ ਲੋਕਾਂ ਨੂੰ ਗਰਮੀ ਨੂੰ ਰਾਹਤ ਦਵਾਈ ਹੈ, ਪਰ ਉੱਥੇ ਹੀ ਇਸ ਤੇਜ਼ ਮੀਂਹ ਅਤੇ ਹਨੇਰੀ ਨੇ ਕਿਸਾਨਾਂ ਦੇ ਲਈ ਕਾਫੀ ਚਿੰਤਾਵਾਂ ਵਧਾ ਦਿੱਤੀਆਂ ਨੇ। ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਤੋਂ ਲਗਾਤਾਰ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਭਾਰੀ ਬਰਸਾਤ ਹੋਈ ਹੈ, ਗੜੇਮਾਰੀ ਵੀ ਹੋਈ ਹੈ ਤੇ ਤਸਵੀਰਾਂ ਸਾਹਮਣੇ ਆਈਆਂ ਕਿਸਾਨਾਂ ਦੀਆਂ ਫਸਲਾਂ ਦੀਆਂ। ਤਾਂ ਵਾਂਗੂ ਕਿਸਾਨਾਂ ਦੀ ਪਾਲੀ ਹੋਈ ਫਸਲ ਹੈ ਜਿਹੜੀ ਉਹ ਜ਼ਮੀਨ ਉੱਤੇ ਡਿੱਗ ਪਈ ਹੈ। ਕਿਸਾਨਾਂ ਨੂੰ ਡਰ ਸਤਾ ਰਿਹਾ ਹੈ ਕਿ ਇਸ ਵਾਰ ਕਿਤੇ ਫਿਰ ਤੋਂ ਕੁਦਰਤ ਦੀ ਮਾਰ ਨਾ ਪੈ ਜਾਵੇ, ਜੋ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਹੈ ਉਹ ਬਰਬਾਦ ਹੋ ਜਾਵੇ। ਤੁਹਾਨੂੰ ਦੱਸ ਦਈਏ ਕਿ ਲਗਾਤਾਰ ਦੇਰ ਰਾਤ ਤੋਂ ਜਿਹੜਾ ਪੰਜਾਬ ਦੇ ਕਈ ਥਾਵਾਂ ਤੇ ਤੇਜ਼ ਹਨੇਰੀ ਤੇ ਝੱਖੜ ਚੱਲਿਆ, ਜਿਸਦੇ ਕਾਰਨ ਜਿੱਥੇ ਦਰਖਤਾਂ ਦਾ ਵੱਡਾ ਨੁਕਸਾਨ ਹੋਇਆ, ਲੋਕਾਂ ਦਾ ਵੱਡਾ ਨੁਕਸਾਨ ਹੋਇਆ, ਉੱਥੇ ਹੀ ਕਿਸਾਨਾਂ ਦੀਆਂ ਜੋ ਫਸਲਾਂ ਨੇ ਉਹ ਵੀ ਜ਼ਮੀਨ ਉੱਤੇ ਵਿਛ ਗਈਆਂ ਨੇ। ਜੇਕਰ ਗੱਲ ਕੀਤੀ ਜਾਵੇ ਸਰੋਂ ਦੀ, ਬਰਸੀਨ ਦੀ, ਕਣਕ ਦੀ, ਇਸ ਤੋਂ ਇਲਾਵਾ ਹੋਰ ਵੀ ਕਈ ਤਰੀਕੇ ਦੀਆਂ ਜਿਹੜੀਆਂ ਫਸਲਾਂ ਨੇ ਉਹ ਵੀ ਜ਼ਮੀਨ ਉੱਤੇ ਵਿਛੀਆਂ ਨਜ਼ਰ ਆ ਰਹੀਆਂ ਨੇ। ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇੱਕ ਵਾਰ ਹੋਰ ਤੇਜ਼ ਮੀਂਹ ਹਨੇਰੀ ਮੁੜ ਤੋਂ ਚੱਲਦੀ ਹੈ ਤਾਂ ਉਹਨਾਂ ਦੀ ਫਸਲ ਬਿਲਕੁਲ ਖਰਾਬ ਹੋ ਸਕਦੀ ਹੈ। ਕਿਤੇ ਨਾ ਕਿਤੇ ਜਿੱਥੇ ਇਹ ਮੀਂਹ ਲੋਕਾਂ ਦੇ ਲਈ ਗਰਮੀ ਤੋਂ ਰਾਹਤ ਲੈ ਕੇ ਆਇਆ, ਉੱਥੇ ਹੀ ਕਿਸਾਨਾਂ ਦੇ ਲਈ ਇਹ ਜ਼ਿਆਦਾ ਮੁਸ਼ਕਲਾਂ ਖੜੀਆਂ ਕਰ ਸਕਦਾ, ਕਿਉਂਕਿ ਭਾਰੀ ਬਰਸਾਤ ਦੇ ਕਾਰਨ ਜਿਹੜੀ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਹੈ ਜਿਹੜੀ ਉਹ ਜ਼ਮੀਨ ਤੇ ਵਿਛ ਗਈ ਹੈ। ਨਾਲ ਹੀ ਤੁਹਾਨੂੰ ਦੱਸ ਦਈਏ ਫਸਲਾਂ ਨੇ ਜੋ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ, ਕਣਕ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ ਤੇ ਕਿਸਾਨਾਂ ਦੇ ਮੱਥੇ ਤੇ ਇੱਕ ਜਿਹੜੀ ਚਿੰਤਾ ਦੀ ਲਕੀਰ ਸਾਫ ਦੇਖੀ ਜਾ ਸਕਦੀ ਹੈ। ਦੱਸ ਦਈਏ ਕਿ ਦੋ ਦਿਨ ਪਹਿਲਾਂ ਹੀ ਮੌਸਮ ਵਿਭਾਗ ਦੇ ਵੱਲੋਂ ਯੈਲੋ ਅਲਰਟ ਪੰਜਾਬ ਦੇ ਇਲਾਕਿਆਂ ਦੇ ਵਿੱਚ ਜਾਰੀ ਕੀਤਾ ਗਿਆ ਸੀ, ਜਿਸ ਦੇ ਤਹਿਤ ਕਿਹਾ ਗਿਆ ਸੀ ਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜਾ ਵੈਸਟਰਨ ਡਿਸਟਰਬੈਂਸ ਦੇ ਕਾਰਨ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤੇ ਉਸੇ ਦੇ ਤਹਿਤ ਦੇਰ ਰਾਤ ਤੋਂ ਇਹ ਜਿਹੜਾ ਮੀਂਹ ਪੈ ਰਿਹਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ, ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਉੱਥੇ ਹੀ ਕਿਸਾਨਾਂ ਦੇ ਲਈ ਇਹ ਮੀਂਹ ਇੱਕ ਚਿੰਤਾ ਬਣ ਕੇ ਆਇਆ। ਹੋਰ ਅਪਡੇਟ ਦੇ ਲਈ ਵੇਖਦੇ ਰਹੋ ਜੇਬਰੀ ਟੀਵੀ।